अंत बार नानक बिन हर जी ਕਹਿੰਦਾ ਜਿਸ ਦਿਨ ਮੈਂ ਆਪਣੀ ਹੋਮੇ ਛੱਡੀ ਨਾ ਤਾਂ ਸਵਾਦ ਆ ਗਿਆ ਅੱਗੋਂ ਕੀ ਫਾਇਦਾ ਹੋਇਆ ਆਫਟਰਵਰਡਸ ਕੀ ਪਾਛੇ ਪਾਛੇ ਵਿੱਚ ਉਸਕੇ ਬਾਅਦ ਕਿਆ ਹੁਆ ਪਤਾ ਕਿਆ ਹੁਆ ਆਨੰਦ ਆਇਆ ਸਵਾਦ ਆਇਆ ਫਿਰ ਹੋਰ ਕੀ ਫਾਇਦਾ ਹੋਇਆ ਬੈਨੀਫਿਟ ਮਲਟੀਪਲਾਈ ਕੀ ਹੋਇਆ ਮੋਏ ਮਿਲਿਓ ਪ੍ਰਭ ਆਪਣਾ ਮੈਂ ਆਪਾ ਮਾਰ ਲਿਆ ਮਨ ਕੀ ਮਤ ਛੋੜ ਦਿੱਤੀ ਮਨ ਮਰਜ਼ੀ ਛੱਡ ਕੇ ਮੈਨੂੰ ਮੇਰਾ ਨਿੱਜ ਘਰ ਵਾਲੇ ਰੱਬ ਜੀ ਮਹਿਸੂਸ ਹੋ ਗਏ ਮੋਏ ਮਿਲਿਓ ਪ੍ਰਭ ਆਪਣਾ ਮੇਰਾ ਬਿਲਵਡ ਮੈਨੂੰ ਮਿਲ ਗਿਆ ਫਿਰ ਸਭ ਕੋ ਮੀ ਥਵਾਪਨ ਕਿੰਨਾ ਹੋ ਜਾਂਦਾ ਸਾਰਿਆਂ ਦੇ ਵਿੱਚ ਪਰ ਜਦੋਂ ਮੈਨੂੰ ਮੇਰਾ ਪ੍ਰਭੂ ਅੰਦਰੋਂ ਦਿਸ ਪਿਆ ਨਾ ਫਿਰ ਸਾਰਿਆਂ ਦਿਸ ਪੈਂਦਾ ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ ਸੰਗੀ ਭਜੈ ਗੋਬਿੰਦ ਕੀ ਹੁੰਦਾ ਘਰ ਦੇ ਸਾਰੇ ਨਾਲ ਗੋਬਿੰਦ ਗੋਬਿੰਦ ਕਰਨ ਲੱਗ ਪੈਂਦੇ ਨੇ ਸੰਗੀ ਦਾ ਮਤਲਬ ਹੁੰਦਾ ਹੈ ਮੇਰੇ ਇੰਦਰੇ ਗਿਆਨ ਇੰਦਰੇ ਸੁਰਤ ਮਤ ਮਨ ਬੁੱਧ ਮੇਰੇ ਸਾਰਾ ਰੂਮ ਰੂਮ ਮੇਰੇ ਸਾਰੇ ਅੰਗ ਵੀ ਉਸ ਪਾਸੇ ਟੁਰ ਪਏ ਪਰ ਜੇ ਮਨ ਆਪਣਾ ਸਵਾਦ ਲਈ ਜਾਏ ਇਹ ਸਾਰੇ ਨਾਲ ਨਾਲ ਸਵਾਦ ਲਈ ਜਾਂਦੇ ਨੇ ਇਹ ਉਹਨੂੰ ਕਹਿੰਦੇ ਨਹੀਂ ਭਾਅ ਜੀ ਸਿੱਧੇ ਪਾਸੇ ਪਵੋ ਨਾ ਆਪ ਵੀ ਖੁਆਰ ਹੋ ਰਹੇ ਹੋ ਸਾਨੂੰ ਵੀ ਖੁਆਰ ਕਰ ਰਹੇ ਹੋ ਜਦੋਂ ਵੀ ਇਸ ਤਰੀਕੇ ਦੇ ਨਾਲ ਗੁਰਬਾਣੀ ਨੂੰ ਸਮਝਦੇ ਹਾਂ ਨਾ ਆਪਣੇ 'ਤੇ ਅਪਲਾਈ ਹੁੰਦੀ ਜਾਂਦੀ ਹੈ ਬਿਲਕੁਲ ਸੌਖੀ ਸੌਖੀ ਸਾਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਆਪਣੇ ਸੁੱਖ 'ਚੋਂ ਹੀ ਜੱਗ ਫਾਂਦਿਓ ਜੱਗ ਮੇਰਾ ਸਰੀਰ ਮੇਰੇ ਸਰੀਰ ਦੇ ਕਾਰਨ ਮੇਰੇ ਇੰਦਰੇ ਗਿਆਨ ਇੰਦਰੇ ਮੇਰਾ ਅੰਗ ਅੰਗ ਨਾ ਫਸਿਆ ਹੋਇਆ ਹੈ ਇੱਕ ਜੰਮ ਦੀ ਬਿਰਤੀ ਦੇ ਨਾਲ ਸੰਗਲ ਪਈ ਹੋਈ ਹੈ ਫਾਂਸੀ ਪਈ ਹੋਈ ਜੰਮ ਫਾਂਸੀ ਗੱਲ ਪਰੀ ਹੁਣ ਇਹ ਜਿਸ ਪਾਸੇ ਖਿੱਚੇ ਜੈ ਖਿੰਚੇ ਤੈ ਜਾਓ ਇਹਨੂੰ ਕਹਿੰਦੇ ਨੇ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ ਹੁਣ ਜੰਮ ਜਿਸ ਪਾਸੇ ਚੇਨ ਖਿੱਚੇਗਾ
ਜੋ ਜਮ ਆਏ ਕੇਸ ਗਏ ਪਟਕੇ ਥੋਟ ਪ੍ਰੋਸੈਸ ਮੇਰਾ ਪਕੜ ਕੇ ਜਿਸ ਪਾਸੇ ਖਿੱਚਦਾ ਮੈਂ ਉਸ ਪਾਸੇ ਖਿੱਚਿਆ ਚਲਾ ਜਾਂਦਾ। ਜਮ ਨੇ ਮੇਰੇ ਥੋਟ ਪ੍ਰੋਸੈਸ ਚੋਂ ਕਿਹਾ ਜ਼ਬਾਨ ਤੇਰੀ ਕਾਬੂ ਨਹੀਂ ਰਹਿਣ ਦੇਣੀ, ਤੂੰ ਜਿੰਨੀਆਂ ਮਰਜ਼ੀ ਗੱਲਾਂ ਕੱਢ। ਬਸ ਹੁਣ ਮੈਂ ਖਿੱਚਿਆ ਚਲਾ ਗਿਆ, ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਿੰਨੀਆਂ ਗੱਲਾਂ ਕੱਢ ਜਾਂਦਾ। ਦਿਹਾੜੀ 'ਚ ਕੋਈ ਸੈਂਟੈਂਸ ਹੀ ਗੱਲਾਂ ਬਿਨਾਂ ਪੂਰਾ ਨਹੀਂ ਹੁੰਦਾ, ਪਤਾ ਜੋ ਨਹੀਂ ਕਿਤਨੀ ਨਿੰਦਾ ਕਰ ਜਾਂਦਾ, ਕਿਤਨਾ ਕੁਛ ਅੱਖਾਂ ਦੇ ਨਾਲ ਹੀ ਤੀਰ ਚਲਾ ਜਾਂਦਾ, ਕਿਤਨਿਆਂ ਨੂੰ ਮਾਰ ਜਾਂਦਾ, ਕਿਤਨਿਆਂ ਨੂੰ ਆਪਣੀ ਜ਼ਬਾਨ ਦੇ ਨਾਲ ਸੱਤੀ ਕੱਪੜੀ ਅੱਗ ਲਾ ਦਿੰਦਾ, ਹੈ ਨਾ। ਇਹ ਗੱਲ ਮਨ ਨੂੰ ਸਮਝ ਆ ਰਹੀ ਹੈ ਕਿ ਮੇਰੇ ਇੰਦਰੇ ਗਿਆਨ ਇੰਦਰੇ ਇਹ ਹੱਥ ਪੈਰ ਬਾਡੀ ਔਰਗਨਸ ਆਪਣਾ ਆਪਣਾ ਸਵਾਦ ਮੇਰੀ ਮਨ ਕੀ ਮਤ ਦੇ ਕਾਰਨ ਮੇਰੇ ਜਮ੍ਹਾਂ ਵਾਲੇ ਪਾਸੇ ਸ਼ੈਤਾਨੀਅਤ ਵਾਲੇ ਪਾਸੇ ਜਾਣ ਦੇ ਕਾਰਨ ਇਹ ਸਾਰੇ ਆਪਣਾ ਆਪਣਾ ਸਵਾਦ ਲਈ ਜਾ ਰਹੇ ਨੇ। ਹੱਥ ਮੈਨੂੰ ਕਹਿ ਰਹੇ ਨੇ ਇਸ ਕਾ ਭਲਾ ਮਤ ਕਰ ਬਿਗਾੜ, ਇਸ ਕੋ ਮਾਫ ਮਤ ਕਰ, ਦੋ ਥੱਪੜ ਕੱਸ ਕੇ ਮਾਰ, ਹੈ ਨਾ। ਹੱਥ ਨੂੰ ਬੜਾ ਸਵਾਦ ਆ ਰਿਹਾ, ਮਨ ਨੂੰ ਡਿਮਾਂਡ ਕਰ ਰਿਹਾ, ਮਨ ਮਨ ਕੀ ਮਤ ਵਿੱਚ ਹੈ, ਮਨ ਸ਼ੈਤਾਨ ਹੈ ਪੂਰਾ ਕਾਬਲ ਹੈ। ਇਹਨੂੰ ਕਹਿੰਦੇ ਨੇ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰਿਆ ਪ੍ਰਧਾਨ ਵੇ ਲਾ ਲਓ। ਹੁਣ ਮਨ ਜਮ ਜਮ ਪੂਰੇ ਕੇਪੇਬਲ ਪੂਰੇ ਕਾਬਲ, ਪਾਪ ਕੀ ਜੰਝ ਲੈ ਕਾਬਲ, ਫੁੱਲੀ ਇਕਵਿਪਡ। ਉਹ ਤਾਇਆ ਉਹ ਕੌਣ ਜਮ ਆ ਕੇ ਜ਼ੋਰੀ ਮੰਗਿਆ ਦਾਨ ਵੇ ਲਾ ਲਓ, ਮੇਰੇ ਕੋਲੋਂ ਚੰਗੇ ਚੰਗੇ ਗੁਣਾਂ ਦਾ ਦਾਨ ਮੰਗਦਾ ਹੈ। ਜੈਸੇ ਲੜਕੇ ਵਾਲੇ ਆ ਕੇ ਲੜਕੀ ਕੇ ਪਿਤਾ ਕੋ ਬੋਲਤੇ ਯੇ ਦਾਜ ਮੈਂ ਨਹੀਂ ਦਿਆ, ਯੇ ਨਹੀਂ ਦਿਆ, ਹਮਨੇ ਇਤਨਾ ਕੈਸ਼ ਮੰਗਾ, ਇਤਨਾ ਸੋਨਾ ਮੰਗਾ ਥਾ, ਅਬ ਯਹਾਂ ਸੇ ਡੋਲੀ ਤਬ ਉੱਠੇਗੀ ਜੋ ਯੇ ਚੀਜ਼ੇ ਅਗਰ ਦੋਗੇ ਤੋ। ਜੋਰੀ ਦਾਨ ਮੰਗ ਦਿੰਦਾ, ਧੱਕੇ ਨਾਲ ਮੰਗ ਦਿੰਦਾ, ਉਹ ਜਿਹੜੀਆਂ ਥੱਲੇ ਗੰਦੀਆਂ ਜਿਹੀਆਂ ਦਰੀਆਂ ਔਰ ਗਲੀਚੇ ਡਰੇ ਹੁੰਦੇ ਨੇ ਉਹ ਮੰਗ ਦੇਣ। ਆਪਣੇ ਘਰ ਕੇ ਕਾਰਪੈਟ ਦੇ ਦਿਓ ਹਮੇ, ਆਪਣੇ ਘਰ ਕੀ ਪੁਰਾਣੀ ਜੁੱਤੀਆਂ ਦੇ ਦਿਓ, ਇਹ ਮੰਗਦੇ ਨੇ। ਕੂੜਾ ਤਾਂ ਨਹੀਂ ਨਾ ਮੰਗਦੇ, ਵਧੀਆ ਵਧੀਆ ਚੀਜ਼ਾਂ ਮੰਗਦੇ ਨਾ। ਇਹ ਵਧੀਆ ਵਧੀਆ ਚੀਜ਼ਾਂ ਨੇ, ਚੰਗੇ ਚੰਗੇ ਗੁਣ, ਚੰਗੇ ਗੁਣਾਂ ਦਾ ਮੇਰੇ ਕੋਲੋਂ ਦਾਨ ਖੋਹ ਕੇ ਮੰਗਦਾ ਹੈ ਜੰਮ, ਬਰਾਤ ਲੈ ਕੇ ਆਉਂਦਾ ਜੰਝ, ਕਾਬਲ ਹੈ ਖੋਹਦਾ ਮੇਰੇ ਕੋਲੋਂ, ਪਤਾ ਹੀ ਨਹੀਂ ਲੱਗ ਰਿਹਾ ਮੇਰੇ ਹੱਥ ਕੀ ਕਰ ਰਹੇ ਨੇ, ਪੈਰ ਕੀ ਕਰ ਰਹੇ ਨੇ, ਅੱਖਾਂ ਕੀ ਕਰ ਰਹੀਆਂ। ਆਪਣੇ ਸੁੱਖ ਸਿਓ ਹੀ ਜਗ ਫਾਂ ਦਿਓ, ਕੋ ਕਾਹੂ ਕੋ ਨਾਹੀ। ਮਨ ਨੂੰ ਜੰਬ ਦਾ ਠੇਂਗਾ ਜਦੋਂ ਪੈਂਦਾ ਰਹਿੰਦਾ, ਮਨ ਦੀ ਪਲ ਪਲ ਮੌਤ ਹੁੰਦੀ ਰਹਿੰਦੀ ਹੈ। ਇਹਨੂੰ ਪਤਾ ਕੀ ਕਹਿੰਦੇ ਨੇ, ਅੰਤ ਕੀ ਬਾਰ। ਅਸੀਂ ਅੰਤ ਕੀ ਬਾਰ ਕੀ ਸਮਝਿਆ ਸੀ, ਜਬ ਡਾਕਟਰ ਬੋਲੇ ਇਨਕੀ ਹਾਰਟ ਬੀਟ ਨਹੀਂ ਚੱਲ ਰਹੀ ਹੈ, ਨਬਜ਼ ਨਹੀਂ ਚੱਲ ਰਹੀ ਹੈ, ਨਹੀਂ ਅਬ ਕੁਛ ਨਹੀਂ ਹੋ ਸਕਤਾ, ਇਹ ਮਰ ਗਿਆ ਹੈ। ਅਸੀਂ ਉਸ ਪਲ ਦਾ ਨਾਂ ਅੰਤ ਕੀ ਬਾਰ ਰੱਖਿਆ ਹੋਇਆ, ਅੰਤ ਕੀ ਬੇਲਾ ਰੱਖਿਆ ਹੋਇਆ। ਗੁਰਬਾਣੀ ਮੁਤਾਬਕ ਅੰਤ ਕੀ ਬਾਰ ਹੈ ਜਦੋਂ ਸੱਚ ਦਾ ਪੱਲਾ ਛੱਡਿਆ, ਬਸ। ਸੋ ਅਸੀਂ ਜਦੋਂ ਸੈਮੀਨਾਰ ਕੀਤਾ ਸੀ, ਮੇਰੇ ਖਿਆਲ ਜਿਉਂਦਾ ਮੁਕਤੀ ਸਾਡੀ ਪੁਸਤਕ ਹੈ, ਉਹਦੇ ਵਿੱਚ ਸਾਰੇ ਟੌਪਿਕ ਡਿਸਕਸ ਕੀਤੇ ਨੇ, ਮਰਨ ਤੋਂ ਬਾਅਦ ਔਰ ਜੰਮਣ ਤੋਂ ਪਹਿਲਾਂ ਕੀ ਕਹਾਣੀ ਹੈ, ਧਰਮਰਾਜ, ਚਿੱਤਰਗੁਪਤ, ਪਿਛਲੇ ਕਰਮ, ਪੂਰਬਲੇ ਕਰਮ, ਜੰਮ, ਇਸ ਤਰੀਕੇ ਦੇ ਨਾਲ ਸਾਰੇ ਟੌਪਿਕ ਡਿਸਕਸ ਕੀਤੇ ਹੋਏ ਨੇ।
ਤਾਂ ਇੱਕ ਜਿਉਂਦਿਆਂ ਮੁਕਤੀ ਕੈਸੇਟ ਬਣੀ ਹੋਈ ਹੈ, ਉਹਦਾ ਸੈਮੀਨਾਰ ਅਸੀਂ ਕੀਤਾ ਸੀ ਆਤਮਾ। ਫਿਰ ਅਸੀਂ ਉਸਦੇ ਵਿੱਚ ਇਹ ਸਾਰਾ ਸਮਝਿਆ ਸੀ। ਤਾਂ ਮੈਂ ਸਾਧ ਸੰਗਤ ਨੂੰ ਕਿਹਾ, ਸਾਧ ਸੰਗਤ ਜੀ ਇੱਕ ਇਲਿਊਜ਼ਨ ਬਣਾਉਂਦੇ ਹਾਂ ਕਿ ਇੱਕ ਪੁੱਲ 10 ਫੁੱਟ ਚੌੜਾ ਪੁੱਲ ਹੈ, ਉਹਦੇ ਵਿਚਕਾਰ ਪਿਤਾ ਆਪਣੇ ਬੇਟੇ ਦੀ ਉਂਗਲੀ ਪਕੜ ਕੇ ਖੜਾ। ਪਿਤਾ ਬੇਟੇ ਨੂੰ ਬੋਲ ਰਿਹਾ, ਬੇਟਾ ਅਗਰ ਤੁਮਨੇ ਉਂਗਲੀ ਛੋੜੀ ਤੋ 5 ਫੁੱਟ ਦੂਰ ਰੇਲਿੰਗ ਹੈ, ਰੇਲਿੰਗ ਸੇ ਨੀਚੇ ਗਿਰ ਜਾਓਗੇ, ਨੀਚੇ ਸਮੁੰਦਰ ਨਦੀ ਹੈ ਜਾਂ ਤੇਜ਼ ਕਾਰੇ ਚੱਲ ਰਹੀਆਂ, ਗਿਰ ਕੇ ਮਰ ਜਾਓਗੇ। ਸਾਧ ਸੰਗਤ ਜੀ ਦੱਸੋ, ਜਿਸ ਵੇਲੇ ਉਂਗਲ ਛੱਡੀ ਉਹਨੂੰ ਅੰਤ ਕੀ ਬਾਰ ਕਹਿੰਦੇ ਨੇ, ਜਾਂ ਜਿਸ ਵੇਲੇ ਪੁੱਲ ਤੋਂ ਥੱਲੇ ਡਿੱਗ ਕੇ ਡੁੱਬ ਕੇ ਮਰ ਗਿਆ ਜਾਂ ਕਾਰ ਥੱਲੇ ਆਇਆ? ਸਾਰੀ ਸੰਗਤ ਪਤਾ ਕੀ ਬੋਲੀ? ਜਿਸ ਵੇਲੇ ਉਂਗਲ ਛੱਡੀ, ਪੁੱਲ ਤੋਂ ਡਿੱਗ ਕੇ ਮਰਨਾ ਤੇ ਆਫਟਰ ਇਫੈਕਟ ਹੈ। ਸਟਾਰਟ ਕਿੱਥੋਂ ਹੋਇਆ? ਜਦੋਂ ਸੱਚ ਦੀ ਸੰਗਤ ਛੱਡੀ, ਸਾਕਤ ਦਾ ਸੰਗ, ਸ਼ੈਤਾਨ ਦਾ ਜੰਮ, ਡੀਮਨਸ ਦਾ, ਸਟੈਨਿਕ ਥਾਟਸ ਦਾ ਸੰਗ ਜਦੋਂ ਕੀਤਾ, ਇਹਨੂੰ ਅੰਤ ਕੀ ਵਾਰ ਕਹਿੰਦੇ ਨੇ, ਅੰਤ ਕੀ ਵੇਲਾ ਕਹਿੰਦੇ ਨੇ। ਇਹ ਆਤਮਕ ਮੌਤ ਪਲ ਪਲ ਹੁੰਦੀ ਹੈ, ਇਹ ਰੋਜ਼ ਰੋਜ਼ ਹੁੰਦੀ ਹੈ। ਮਨਮੁਖ ਗਰਭਜੂਨੀ ਨਿਤ ਪਾਉਂਦਾ ਜੀਓ, ਰੋਜ਼ ਰੋਜ਼ ਇਹ ਗਰਭਜੂਨੀ ਮੈਂ ਪੜਤਾ ਰਹਿਤਾ ਹੈ, ਕਭੀ ਕੁੱਤਾ ਬਨ ਜਾਤਾ ਹੈ, ਕਭੀ ਬਿੱਲੀ।